ਆਪਾਂ ਪਹੁੰਚ ਗਏ ਹਾਂ ਬਨਾਲ, ਰੋਟੀ ਖਾਣੇ ਆ ਅਤੇ ਫਿਰ ਤੂੰ ਅਸਲਾਮ ਵਾਲੇਕਮ, ਵੈਲਕਮ ਬੈਕ ਟੂ ਮਾਈ ਨਿਊ ਵਲੌਗ। ਅਗਰ ਅਭੀ ਤੱਕ ਆਪਨੇ ਮੇਰਾ ਯੂਟਿਊਬ ਚੈਨਲ ਪੀਕੇ ਰੈਂਬੋ ਵਲੌਗ ਕੇ ਨਾਮ ਸੇ ਸਬਸਕ੍ਰਾਈਬ ਨਹੀਂ ਕੀਆ ਤੋ ਕਰ ਲਓ। ਆਪ ਵੀ ਸੋਚ ਰਹੇ ਹੋ ਕਿ ਅੱਗੇ ਬਾਈ ਚਿੱਟਾ ਸੂਟ ਪਾ ਕੇ ਤਾਂ ਚੱਲਿਆ ਭਾਈ, ਇਹੀ ਚੱਲੀ ਹਾਂ ਲਾਹੌਰ, ਠੀਕ ਹੈ, ਅਤੇ ਲਾਹੌਰ ਚੱਲੇ ਹਾਂ ਅਤੇ ਗੱਡੀ ਕੱਢਣ ਚੱਲੇ ਹਾਂ। ਅਤੇ ਗੱਲ ਇਸ ਤਰ੍ਹਾਂ, ਮੈਂ ਤੁਹਾਨੂੰ ਮਿਲਣਾ ਸਿੱਧਾ ਜਾ ਕੇ ਲਾਹੌਰ, ਕਿਉਂਕਿ ਫੈਮਿਲੀ ਨਾਲ ਹੋਣਾ, ਠੀਕ ਹੈ, ਅਤੇ ਜਾ ਕੇ ਤੁਹਾਨੂੰ ਲਾਹੌਰ ਮਿਲਾਂਗੇ ਇੰਪੋਰੀਅਮ ਮਾਲ। ਠੀਕ ਹੋ ਗਿਆ, ਹੋਰ ਸਾਰੇ ਭਰਾਵਾਂ ਦੀ ਸੁਣਾਓ ਤਬੀਅਤ, ਸਿਹਤ ਠੀਕ ਠਾਕ ਹੈ, ਫਿੱਟ ਫਾਟ ਹੈ? ਹੋਰ ਜੀ, ਹੁਣ ਅਸੀਂ ਚੱਲੇ ਹਾਂ ਗੱਡੀ ਕੱਢਣ, ਅਤੇ ਜਾਂਦੇ ਹਾਂ ਆਪਾਂ ਗੱਡੀ ਕੱਢਦੇ ਹਾਂ, ਸਹੀ ਹੋ ਗਏ। ਹਾਂਜੀ, ਨਾਲ ਰੀਨ ਐਵਰੀ ਡੱਬਾ ਕੱਢਦੇ ਹਾਂ, ਪੈਟਰੋਲ ਦਾ ਫੁੱਲ ਲੋ ਹੈ, ਠੀਕ ਹੈ, ਅਤੇ ਆਪਾਂ ਹੁਣ ਤੁਹਾਨੂੰ ਜਾਣ 'ਚ ਮਿਲ। ਹਾਂਜੀ, ਨਾਲ ਰੀਨ ਆਪਾਂ ਘਰੋਂ ਭੇਜ ਨਿਕਲ, ਠੀਕ ਹੈ, ਅਤੇ ਤੁਹਾਨੂੰ ਹੁਣ ਮੈਂ ਸਿੱਧੀ ਤਰ੍ਹਾਂ ਮਿਲਣਾ ਜਾ ਕੇ ਲਾਹੌਰ ਇੰਪੋਰੀਅਮ ਵਿੱਚ, ਠੀਕ, ਉਸ ਤੋਂ ਪਹਿਲਾਂ ਇੱਕ ਦੋ ਜਗ੍ਹਾ ਜਾਵਾਂਗੇ, ਉਹ ਤੁਹਾਨੂੰ ਚੈੱਕਅਪ ਕਰਾ ਦਿਆਂਗੇ, ਸਹੀ ਹੈ, ਅਤੇ ਮੈਂ ਹੁਣ ਫੈਮਲੀ ਬਿਠਾਉਣ ਲੱਗਾ, ਤੁਹਾਨੂੰ ਹੁਣ ਇਨਸ਼ਾਅੱਲਾ ਤਾਲਾ ਮਿਲਾਂਗੇ ਲਾਹੌਰ ਪਹੁੰਚ ਕੇ, ਸਹੀ ਹੈ। ਅੱਗੇ ਵੀ ਤੁਸੀਂ ਮੇਰੇ ਵਲਾਗ 'ਚ ਲਾਹੌਰ ਸਾਰਾ ਵੇਖੇ ਆ, ਸਮਝ ਆਈ ਜੇ? ਨਾਜ਼ਰੀਨ, ਇੰਪੋਰੀਅਮ ਦੀ ਪਾਰਕਿੰਗ ਚੱਪੜ ਗਈ, ਠੀਕ ਹੋ ਗਿਆ, ਯਾਨੀ ਕਿ ਇੰਪੋਰੀਅਮ ਦੀ ਪਾਰਕਿੰਗ ਬਹੁਤ ਵੱਡੀ ਜੇ। ਹੁਣ ਆਪਾਂ ਚੱਲੇ ਹਾਂ ਉੱਤੇ, ਅਤੇ ਜਾ ਕੇ ਤੁਹਾਨੂੰ ਉੱਤੇ ਦਾ ਨਜ਼ਾਰਾ ਚੈੱਕ ਕਰਾਉਂਦੇ ਹਾਂ ਵੀ ਆਈ ਸੀ ਆਏ ਹੋ ਪੈਣਾ ਵੀ ਆਏ ਜੀ ਜਨਾਬ, ਕੀ ਹਾਲ ਨੇ? ਸ਼ਰਮਾਉਂਦੇ ਨੇ ਬੱਚੇ, ਕੋਈ ਨਹੀਂ ਹੈ ਨੇ। ਆਪਾਂ ਚੱਲੇ ਹਾਂ ਉੱਤੇ, ਮਸ਼ੀਨਾਂ ਚੈੱਕ ਕਰ, ਇੱਥੇ ਆਪਾਂ ਵੀ ਆਏ ਹਾਂ, ਤੁਹਾਨੂੰ ਜਾ ਕੇ ਮਿਲਣੇ ਬਾਕੀ ਉੱਤੇ। ਮਾਲ ਚੈੱਕ ਕਰੋ, ਤੇਰੀ ਖਿਆਲ ਬੜਾ ਵੱਡਾ ਹੈ, ਸਹੀ ਹੋ ਗਿਆ, ਹੈਡ ਹੋ ਗਿਆ, ਚੈੱਕ ਕਰੋ ਤਰਾ ਖੈਣਾ ਹੋਣ। ਆਪਾਂ ਚੱਲੇ ਹਾਂ ਇਸ ਤੋਂ ਉੱਤੇ, ਉੱਤੇ ਲੱਗਦਾ ਬੜਾ ਮਾਹੌਲ ਹੈ, ਠੀਕ ਹੋ ਗਿਆ, ਐ ਖੈਰ ਹੋਰ ਜੀ ਸੁਣਾਓ। ਇੱਥੇ ਤਾਂ ਬੜੇ ਬੜੇ ਬ੍ਰਾਂਡ ਦੇ ਆ, ਵੇਖੋ ਚੈੱਕ ਅਪਡੇਟ ਕਰਦੇ ਜਾਓ ਜਿਹੜਾ ਹੈਗਾ। ਆਪਾਂ ਉਸ ਤੋਂ ਉੱਤਲੀ ਬਿਲਡਿੰਗ ਵਿੱਚ ਚੱਲੇ ਹਾਂ, ਠੀਕ ਹੋ ਗਿਆ, ਆਪਾਂ ਆ ਗਏ ਹਾਂ ਲਿਫਟ ਦੇ, ਚੈੱਕ ਅਪਡੇਟ ਕਰਦੇ ਜਾਓ, ਸਹੀ ਹੋ ਗਿਆ, ਇੱਧਰ ਵੀ ਨਜ਼ਾਰੇ ਲਓ। ਐਂ ਜੀ ਮੇਰਾ ਭਾਈ ਆ, ਹੁਣ ਇੰਜ ਕਰੋ ਬਾਬਾ ਜੀ, ਠੀਕ ਹੋ ਗਿਆ, ਜਿਹੜਾ ਬੰਦਾ ਇੰਨੀ ਵਾਰ ਸ਼ਰਮਾ ਗਿਆ ਸਮਝੋ ਡਰ ਗਿਆ। ਨਹੀਂ ਮੈਂ ਨਹੀਂ ਸ਼ਰਮਾਇਆ, ਮੈਂ ਕਿਉਂ ਸ਼ਰਮਾਉਣਾ ਯਾਰ, ਤੁਹਾਨੂੰ ਕੀ ਹੈ ਡਾੜੇ ਵਲਾਗ ਪੰਜ ਕੀ ਇਹ ਕੋਈ ਲੈਗ ਖਾਨੀ ਮੈਂ ਚੈੱਕ ਕਰੂੰ ਜੀ। ਜਨਾਬ ਅੱਗੇ ਤੁਹਾਨੂੰ ਥੱਲੋਂ ਵੀ ਉਹ ਚੈੱਕ ਕਰਵਾਇਆ ਅਤੇ ਹੁਣ ਤੁਹਾਨੂੰ ਕਰਵਾਉਣ ਲੱਗਿਆ ਉੱਥੋਂ, ਮੈਨੂੰ ਸਭ ਨਾਲ ਸੋਹਣੀ ਜਗ੍ਹਾ ਹੀ ਆ ਲੱਗੀ। ਓਏ ਹੋਏ ਹੋਏ ਚੈੱਕ ਦਿਸ, ਹਾਲੇ ਇੰਨਾ ਇੱਥੇ ਰਸ਼ ਕੋਈ ਨਹੀਂ ਹੈ, ਸਿੱਧੀ ਗੱਲ ਜੀ, ਕੈਸਾ ਬੈਕਗਰਾਊਂਡ ਆ ਰਿਹਾ, ਠੀਕ ਹੋ ਗਿਆ, ਇੱਧਰੋਂ ਬੰਦੇ ਦੀ ਐਂਟਰੀ ਹੁੰਦੀ ਹੈ, ਹਾਂ ਸਭ ਦੁਕਾਨਾਂ ਇੱਥੇ ਲੇਡੀਜ਼ ਕਹਿੰਦੀਆਂ ਨੇ, ਮੈਂ ਨਹੀਂ ਯਾਰ ਪਾਸੇ ਕੈਮਰਾ ਇੱਕ ਟਾਈਮ 'ਤੇ ਘੁੰਮਾ ਸਕਦਾ ਕਿਉਂਕਿ ਸਮਝਿਆ ਕਰੂੰਗਾ, ਇੱਧਰ ਵੇਖ
ਯਾਸ਼ੀਆਂ ਹਾਲੇ ਹੁਣ ਇਸ ਤੋਂ ਵੀ ਉੱਤੇ ਆ ਹੈ। ਠੀਕ ਹੋ ਗਿਆ ਯਾਰ, ਤੁਸੀਂ ਇੱਕ ਗੱਲ ਯਾਦ ਰੱਖੋ, ਜੇ ਅਸੀਂ ਬੰਦੇ ਵਲੋਗ ਸ਼ੁਰੂ ਕਰਨੀ ਜਿਹੜਾ ਇੰਨੇ ਰਸ਼ ਦੇ ਵਿੱਚ ਵਲੋਗ ਨਹੀਂ ਨਾ ਬਣਾਏਗਾ, ਵੀਡੀਓ ਬਣਾਉਣ ਤੋਂ ਸਮਝੋ ਡਰ ਗਿਆ ਉਹ ਕਿਸੇ ਨਾ ਕੰਮ ਦਾ ਬੰਦਾ ਰੇ, ਕਿਉਂਕਿ ਜਿਸ ਬੰਦੇ ਨੂੰ ਜਿਹੜਾ ਬੰਦਾ ਇੰਨੀ ਵਾਮ ਦੇ ਵਿੱਚ ਵਲੋਗ ਬਣਾਉਂਦਾ ਨਾ, ਉਹ ਬੰਦਾ ਕਾਮਯਾਬ ਹੈ, ਕਿਉਂਕਿ ਜਦੋਂ ਤੁਸੀਂ ਉਹਨਾਂ ਸਾਹਮਣੇ ਬਣਾਓਗੇ ਨਾ ਤਾਂ ਤੁਹਾਨੂੰ ਵੇਖਣਗੇ, ਜੇ ਤੁਸੀਂ ਉਹਨਾਂ ਸਾਹਮਣੇ ਬਣਾ ਕੇ ਬੰਦ ਕਰ ਦਿਓਗੇ ਨਾ, ਬਾਅਦ ਹੱਸਣਗੇ, ਮਜ਼ਾਕ ਬਣਾਉਣਗੇ, ਸਮਝਿਆ ਕਰੋ। ਫਿਰ ਡੇਢ ਤੋਂ ਲੈ ਕੇ ਦੋ ਘੰਟੇ ਹੋ ਗਏ ਨੇ ਸਾਨੂੰ ਇੰਪੋਰੀਅਮ 'ਚ ਫਿਰਦੇ ਹਾਂ, ਉਹ ਛੱਗੇ ਜਾ ਰਹੇ ਹਾਂ। ਠੀਕ ਹੈ, ਡੇਢ ਤੋਂ ਦੋ ਘੰਟੇ ਹੋ ਗਏ ਨੇ, ਇੱਥੇ ਤਾਂ ਬੜੀ ਬੜੀ ਮਹਿੰਗੀ ਚੀਜ਼ ਜੀ, ਥਿਆਣੇ ਥਿਆਣੇ ਥੱਕੀ ਜਾਂਦੇ ਨੇ ਲੌੜ ਲੌੜੀ, ਯਾਨੀ ਕਿ ਮੈਂ ਨਾ ਸਿਆਣੇ ਸਾਚੀ ਜਾਂਦੇ ਨੇ ਲੌੜ ਲੌੜੀ। ਠੀਕ ਹੋ ਗਿਆ ਜੀ, ਨਾਲ ਰੇ ਮੈਂ ਸਾਹਮਣੇ ਮਹੀ ਆ ਗਿਆ ਸਭ ਨਾਲ ਉਤਲੇ ਫਲੋਰ ਦੇ ਉੱਤੇ, ਤੋ ਇੱਕ ਬੰਦੇ ਗਿੱਡੇ ਗਿੱਡੇ ਕੋ ਲੱਗ ਦੇ ਜਾਣ, ਓਏ ਹੋ 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 ਹੋ, ਆਪਾਂ ਇੱਥੇ ਰੈਸਟ ਕਰਨ ਲੱਗੇ ਹਾਂ, ਘਰ ਦੇ ਲੈਣ ਦੀਆਂ ਚੀਜ਼ਾਂ ਅਤੇ ਉਹਨਾਂ ਨੂੰ ਲੈਂਦੇ ਹੋ, ਸਹੀ ਹੋ ਗਿਆ। ਅਤੇ ਕੀ ਹੈਗਾ, ਆਪਾਂ ਹੁਣ ਇੰਨਾ ਕੁਰਸੀਆਂ 'ਤੇ ਬਹਿਣ ਲੱਗੇ ਹਾਂ, ਹੁਣ ਸ਼ਬੀ ਥੱਕ ਟੁੱਟ ਕੇ ਬਹਿ ਗਏ, ਅਤੇ ਆਪਾਂ ਵੀ ਹੁਣ ਬਹਿਣ ਹੀ ਲੱਗੇ, ਫਿਰ ਇੱਧਰ ਕਿੰਨਾ ਤਾਂ ਵੇਖਣਾ ਜੀ। ਓਹ ਮਾਸ਼ਾਅੱਲਾਹ, ਇੱਧਰ ਚੈੱਕ ਕਰੋ, ਸਹੀ ਹੋ ਗਿਆ, ਸਮਝ ਆ। ਠੀਕ ਹੈ, ਕੀ ਚੱਕਰ ਆ ਰਹੇ ਹੋ ਲੋਕਾਂ ਨੂੰ, ਕੀ ਚੱਕਰ ਆ ਰਹੇ ਹੋ ਮੁਰਸ਼ਦ, ਤੁਹਾਨੂੰ ਵੀ ਚੱਕੜਾ ਛੜਿਆ ਯਾਰ, ਤੁਸੀਂ ਜੋ ਕਰਾ ਰਹੇ ਹੋ ਉਹੀ ਕਰਾਓ, ਸਹੀ ਹੈ, ਨਜ਼ਾਰੇ ਫੁੱਲ ਬਾਈਓ, ਤੂੰ ਜੋ ਆਏ ਮੋੜ, ਯਾਨੀ ਕਿ ਚਲੋ ਫਿਰ ਸਹੀ ਹੈ। ਹਾਲੇ ਤਾਂ ਮੁਰਸ਼ਿਦਾਂ ਦੇ ਬੂਟ ਵੀ ਲੈਣੇ, ਨਾਲ ਆਪਣੀ ਵੀ ਕੋਈ ਦੇਖਾਂ, ਕੋਈ ਸ਼ੈ ਸ਼ੂ ਲੈਣੀ ਹੋਈ, ਖੇੜੀ ਲੈਣੀ ਹੈ, ਖੇੜੀ ਲੈਣੀ ਹੈ, ਆਪਾਂ ਖੇੜੀ ਲੈਣੀ ਹੈ, ਮੁੰਡਿਆਂ ਦੇ ਦੋ ਵਿਆਹ ਆ ਰਹੇ ਨੇ ਇਕੱਠੇ ਹੀ, ਤੁਹਾਨੂੰ ਉਹਨਾਂ ਦਾ ਵਲੋਗ ਦੇਖਣਾ ਜ਼ਰੂਰੀ ਸੀ, ਅਤੇ ਦੋ ਮੁੰਡਿਆਂ ਦੇ ਵਿਆਹ ਆ ਰਹੇ ਨੇ ਇਕੱਠੇ ਹੀ, ਹੋਣ ਮੁੰਡੇ ਲੱਭ ਲੈਣ ਜਿਹੜੇ ਪਿੰਡ ਦੇ ਨੇ, ਉਹਨਾਂ ਨੂੰ ਤਾਂ ਪਤਾ ਹੀ ਹੋਣੇ ਨੇ। ਚਲੋ ਸਹੀ ਹੈ ਜੀ, ਉਹ ਜੁੱਤੀਆਂ ਲਾ ਗਏ ਨਾਲੇ, ਐਂ ਚੈੱਕ ਕਰੋ, ਆਈ ਲਵ ਇੰਪੋਰੀਅਮ। ਠੀਕ ਹੋ ਗਿਆ, ਹੈ ਬੜਾ ਸੋਹਣਾ ਜੀ, ਕਸਮ ਵਾਲੀ ਗੱਲ ਜੀ, ਵਾਕਈ ਬੜਾ ਸੋਹਣਾ ਜੀ, ਸਹੀ ਹੋ ਗਿਆ। ਹੁਣ ਇੱਥੇ ਲੰਗਰ ਦੀਆਂ ਖੁਸ਼ਬੂਆਂ ਆਉਣ ਲੱਗ ਪਈਆਂ, ਆਪਾਂ ਦੀ ਰਾਤੀ ਦਾਵਤ ਹੈ, ਆਪਾਂ ਉਹ ਚੁਣੀ ਸ਼ਾਬੀ। ਠੀਕ ਹੋ ਗਿਆ, ਸਮਝਿਆ, ਬਹੁਤ ਯਾਦ ਰਹੀ ਹੋ ਭਾਈ, ਮੈਂ ਅੱਛਾ ਆ ਜੇ ਫੁੱਲ ਵਿਊ ਵੀ ਖੜਾ ਪਈ, ਸਮਝ ਆਈ ਜੀ, ਬੜਾ ਇੰਪੋਰੀਅਮ ਦਾ ਫੁੱਲ ਵਿਊ ਜੀ, ਸਮਝ ਗਏ। ਆਖਾ ਬੰਦੇ ਵੇਖੋ ਥੱਲੇ ਕਿੱਡੇ ਕਿੱਡੇ ਨਜ਼ਰ ਆ ਰਹੇ, ਇਹ ਭਾਈ ਪਤਾ ਨਹੀਂ ਕੀ ਜਾਂਦਾ ਸੀ, ਆਪਾਂ ਜਸ ਲੈਣ ਆਏ ਹਾਂ ਬਸ, ਆਪਾਂ ਇਹ ਖੇੜੀ ਲੈਣੀ, ਖੇੜੀ ਜ਼ਰੂਰ ਲਾ ਲਓ, ਚੱਕੜੋ ਆ ਉੱਤੇ ਛੱਤ ਦੀ ਇੰਪੋਰੀਅਮ ਦੀ, ਮੈਂ ਜਿਹੜੇ ਇੰਪੋਰੀਅਮ ਦਾ ਜ਼ਿਆਦਾ ਲੈਣ ਆਏ ਹਾਂ, ਸਮਝ ਆਈ ਜੀ, ਆਪਾਂ ਜਿਹੜੀਆਂ ਸ਼ਾਵਾਂ ਲੈਣੀਆਂ ਹੁੰਦਾ ਖਿੱਚ ਲਈਆਂ, ਅਤੇ ਆਪਾਂ ਹੁਣ ਚੱਲੇ ਹਾਂ ਮਨਾਲ, ਮਨਾਲ ਹੋਟਲ ਰੋਟੀ ਚੁੱਕਣ। ਠੀਕ ਹੈ, ਸਤਾਰੀ ਆਈ ਹੈ, ਬੰਦਾ ਡਰ ਹੋਦਾ ਕੋਈ ਨਹੀਂ, ਸਮਝ ਗਏ, ਨਹੀਂ ਚੱਲਿਆ ਗੱਡੀ ਦੇ ਗੱਡੀ ਬਾਅਦ ਵੀ ਕੀ ਹਾਲ ਹੈ। ਠੀਕ, ਆਪਾਂ ਪਹੁੰਚ ਗਏ ਹਾਂ ਮਨਾਲ, ਰੋਟੀ ਖਾਣ। ਠੀਕ ਹੈ,
ਵਾਲੂ ਵਿਊ ਚੈੱਕ ਕਰਵਾਉਣਾ, ਚੱਸ ਲਾਈ ਅਤੇ ਪੈਸੇ ਵਾਪਸ, ਸਹੀ ਹੋ ਗਿਆ। ਆਪਾਂ ਚੱਲੇ ਹਾਂ ਤੇਰਾ ਵਿਊ ਵਾਲੀ ਸਾਈਡ 'ਤੇ, ਸਮਝੇ ਆ ਕੋਈ ਫੈਮਲੀ ਨਾਲ ਥੋੜ੍ਹੇ ਵਲਾਗ ਸ਼ੂਟ ਕਰਾਂਗੇ। ਵਾਹ ਵਾਹ, ਆ ਜੇ ਲਾਹੌਰ, ਸਾਰਾ ਹੀ ਲਾਹੌਰ ਜੇ ਬਾਈ ਨਾ ਗਰੀਨ ਥੱਲੇ ਸੜਕ ਚੈੱਕ ਕਰੋ। ਤੁਹਾਡਾ ਭਰਾ ਮਨਾਲ ਆਪਾਂ ਜਦੋਂ ਮਿਲਦੇ ਹਾਂ ਸਮਝਿਆ, ਆਪਾਂ ਹੋਰ ਇੱਕ ਮੰਡੀ ਉੱਤੇ ਆ ਗਏ, ਠੀਕ ਹੋ ਗਿਆ ਸਮਝਿਆ ਕਰੋ ਬਾਈ। ਕੀ ਹਾਲ ਬਾਈ, ਜਿਹੜਾ ਸਪੈਸ਼ਲ ਤੇ ਆਏ ਕਿੱਥੇ ਆਇਆ ਮੈਂ ਸਿੱਧੀ ਨਹੀਂ ਦੱਸੀ ਬਾਈ, ਇੱਥੇ ਆਇਆ ਕੀ ਨਾਮ ਛੱਡਦੇ ਹੋ ਯਾਰ, ਜੋ ਵੀ ਸਮਝਿਆ ਕਰੋ, ਠੀਕ ਹੋ ਗਿਆ ਨੋ ਟੈਨਸ਼ਨ, ਡਿਊਟੀ ਤੇ ਆ ਗਈ ਖਾਨੇ ਆ ਤੇ ਫਿਰ ਤੁਹਾਨੂੰ ਵੀ ਵਹਾਂ ਮਿੱਠੇ ਦੇ ਵਿੱਚ ਸਮਾਨ ਤੇ ਆਪਾਂ ਮੁਰਸ਼ਦ ਇਹਨੇ ਬੜਾ ਖਾਧਾ ਜੇ ਅੱਜ, ਆਪਾਂ ਕੋਲ ਥੋੜ੍ਹੇ ਖਾਧਾ ਗਿਆ ਕਿਉਂਕਿ ਆਪਾਂ ਥੋੜ੍ਹੇ ਸਮਝੇ ਆ ਕਰੋ ਨਾ। ਆਪਾਂ ਬੁਫੇ ਦਾ ਆਰਡਰ ਕੀਤੇ ਪਰ ਸਾਡਾ ਹੋ ਗਿਆ ਧੋਖਾ, ਬਣਿਆ ਕਿ ਬੁਫਾ ਸਾਡੇ ਗਾਹ ਲੱਗਣਾ, ਆਪਾਂ ਸਾਡੇ 8 ਵਜੇ ਦਾ ਨਾ ਕੰਪਨੀ ਬੰਦ ਕੀਤਾ ਹੈ, ਹੁਣ ਸ਼ਾਇਦ ਲਿਫਟ ਮੰਗਾ ਰਹੇ ਨੇ ਅਤੇ ਆਪਾਂ ਹੁਣ ਚੱਲੇ ਹਾਂ ਥੱਲੇ। ਠੀਕ ਰੋਟੀ ਮਿਲੀ ਮਾਲ ਵਾਲੇ ਦੀ, ਉਹ ਮਾਲ ਚਸ ਕਰ ਤਰੀ ਉਹਨੇ ਫੜ ਗਈ, ਆ ਜਾ ਖੁੱਲ ਜਾ ਸਿਮ ਸਿਮ, ਠੀਕ ਹੈ ਅਤੇ ਕੀ ਨਾ ਆਇਆ ਜੁੱਤੀ ਦੁਕਾਨ ਜੇ ਆ ਉੱਤੇ ਇਹਦੇ ਮਿਲੀ ਮਾਲ ਜੇ, ਉਹ ਮਿਨੀ ਮਾਲ ਪੈਵੀ ਇਹਦੇ ਨਾ ਮਾਲ, ਠੀਕ ਹੈ ਕਿਉਂਕਿ ਆਪਾਂ ਤੁਹਾਨੂੰ ਦੱਸਣਾ ਭੁੱਲ ਗਏ ਹਾਂ ਆਪਾਂ ਜਿਹੜੇ ਹਾਂ ਰਾਤ ਦਾ ਕਿਉਂ ਪੈ ਗਈ ਹੈ, ਜਿਵੇਂ ਮੈਂ ਉੱਥੇ ਹਾਂ ਇੰਪੋਰਟੀਅਮ ਅਤੇ ਰਾਤੀ ਇੱਥੇ, ਆਪਾਂ ਤੇਰਾ ਕਿਧਰੇ ਗਏ ਸਾਂ ਉੱਥੇ ਵਲਾਗ ਨਹੀਂ ਸ਼ੂਟ ਕੀਤਾ, ਪਤਾ ਲੱਗਾ ਸੀ ਮਾਲ ਜਾਣਾ ਉੱਥੇ ਜਾ ਕੇ ਵਲਾਗ ਸ਼ੂਟ ਕਰਾਂਗੇ ਅਤੇ ਇਹ ਜੇ ਲਾਹੌਰ ਚੈੱਕ ਕਰੋ ਤੇਰਾ, ਠੀਕ ਹੋ ਗਿਆ ਰੋਟੀ ਤਾਂ ਖਾ ਲਈ, ਹੁਣ ਆਪਾਂ ਹਦਮ ਕਰਨ ਚੱਲੇ ਹਾਂ, ਠੀਕ ਹੈ ਮੈਂ ਅਤੇ ਹੁਣਸ਼ਾ ਉਹ ਦੁਕਾਨ 'ਤੇ ਖਲੋਤਾ ਅਤੇ ਆਪਾਂ ਤੁਹਾਨੂੰ ਨਾ ਥੋੜ੍ਹੀ ਦੇਰ ਤੱਕ ਸਾਹਮਣੇ ਆਪਣੀ ਗੱਡੀ ਇੱਕ ਲੋਕੀ ਹੈ ਤੁਹਾਨੂੰ ਜਾ ਕੇ ਮਿਲਦੇ ਹਾਂ ਪਿੰਡ, ਸਹੀ ਹੈ ਸਮਝ ਕੇ ਰੋਟੀ ਕਰੋ ਕਿਉਂਕਿ ਫੈਮਲੀ ਗੱਡੀ 'ਚ ਬੈਠੇ ਆਉਣਾ ਤੁਹਾਨੂੰ ਨਹੀਂ ਆ ਸਕਦੇ, ਉਹ ਤਾਂ ਅਸੀਂ ਰਾਤ ਦੇ ਵਾਪਸ ਆ ਗਏ ਹਾਂ, ਠੀਕ ਹੋ ਗਿਆ ਮਿਲਦੇ ਹਾਂ ਤੁਹਾਨੂੰ ਇੱਕ ਅਗਲੀ ਵੀਡੀਓ ਦੇ ਵਿੱਚ, ਓਕੇ ਅੱਲਾ ਹਾਫਿਜ਼।